ਹਾਂਜੀ, ਕਿੱਦਾਂ ਸਾਰੇ? ਵੀਡੀਓ ਇੱਕ ਸ਼ੇਅਰ ਤੁਸੀਂ ਆਪ ਹੀ ਕਰ ਦੇਣੀ, ਕਿਉਂਕਿ ਹੈਗੀ ਕਰਨੇ ਵਾਲੀ ਸ਼ੇਅਰ। ਇਹ ਮੁੰਡਾ, ਇਸ ਨੂੰ ਮੈਨੂੰ ਨਹੀਂ ਲੱਗਦਾ ਜ਼ਿਆਦਾ ਲੋਕ ਜਾਣਦੇ ਹੋਣਗੇ, ਕਿਉਂਕਿ ਜਿਨ੍ਹਾਂ ਨੇ ਕੁਛ ਕੀਤਾ ਮਤਲਬ ਆਪਣੇ ਪੰਜਾਬੀਆਂ ਲਈ ਸੰਸਾਰ ਪੱਧਰ 'ਤੇ, ਉਹਨਾਂ ਨੂੰ ਜਾਣ ਕੇ ਆਪਾਂ ਕੀ ਲੈਣਾ, ਹੈ ਨਾ? ਆਪਾਂ ਹੋਰ ਪਿੱਟ ਸਿਆਪਿਆਂ ਤੋਂ ਤਾਂ ਸਮਾਂ ਕੱਢ ਲਈਏ। ਉਹੀ ਸਿੰਗਰ, ਆਹ ਸਿੰਗਰ 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 ਆਪਣੀਆਂ ਜਿਹੜੀਆਂ ਅਖਬਾਰਾਂ ਪੰਜਾਬੀ ਦੀਆਂ ਖਬਰਾਂ ਵਾਲੇ ਆ, ਜਿਹੜੇ ਮਤਲਬ ਨਾ ਭਈ ਜਿਹਨੂੰ ਕਹਿੰਦੇ ਆਪਣਾ ਮੀਡੀਆ, ਪੰਜਾਬੀ ਮੀਡੀਆ, ਉਹ ਵੀ ਬਸ ਸਿੰਗਰ ਸਿੰਗਰ। ਇਹ ਮੁੰਡਾ ਜੀ ਅਰਸ਼ਦੀਪ ਸਿੰਘ, ਸੰਸਾਰ ਪੱਧਰ 'ਤੇ ਪਹਿਲਾ ਇਨਾਮ ਜਿੱਤਿਆ ਸੀ ਇਹਨੇ, ਸੰਸਾਰ ਪੱਧਰ 'ਤੇ ਪਹਿਲਾ ਇਨਾਮ। ਹਾਂਜੀ, ਵਾਈਲਡ ਲਾਈਫ ਫੋਟੋਗ੍ਰਾਫੀ 'ਚ ਆਪਣੀ ਉਮਰ ਵਾਲਿਆਂ 'ਚ ਇਹਨੇ ਸਾਰੇ ਸੰਸਾਰ 'ਚ ਪਹਿਲਾ ਇਨਾਮ ਜਿੱਤਿਆ, ਅਰਸ਼ਦੀਪ ਸਿੰਘ ਮੁੰਡੇ ਨੇ। ਅਤੇ ਕਿਸੇ ਮਤਲਬ ਹੁੰਦਾ ਇੱਕ ਤਾਂ ਵੀ ਉੱਦਾਂ ਹੀ ਇਨਾਮ, ਮਤਲਬ ਨਾ ਭਈ ਉੱਦਾਂ ਹੀ ਕਿਸੇ ਨੇ ਸੰਸਥਾ ਬਣਾਈ ਹੁੰਦੀ ਘਰੇ ਹੀ ਅਤੇ ਉਹ ਇਨਾਮ ਦਿੰਦੇ, ਉਹ ਨਹੀਂ। ਵਾਈਲਡ ਲਾਈਫ ਫੋਟੋਗ੍ਰਾਫੀ 'ਚ ਸੰਸਾਰ ਪੱਧਰ 'ਤੇ ਪਹਿਲਾ ਇਨਾਮ ਇਹਨੂੰ ਮਿਲਿਆ ਸੀ, ਅਰਸ਼ਦੀਪ ਸਿੰਘ ਨੂੰ, ਜਲੰਧਰ ਜ਼ਿਲ੍ਹੇ ਦਾ। ਅਤੇ ਫੋਟੋ ਕਿਹੜੀ ਸੀ ਉਹ ਵੀ ਦਿਖਾ ਦਿੰਦੇ ਹਾਂ। ਅਤੇ ਇਹ ਸੀ ਜੀ ਨੇ ਫੋਟੋ, ਇਹ ਵਾਲੀ ਮੋਟਰ 'ਚ ਦੋ ਉੱਲੂ ਬੈਠੇ, ਅਰਸ਼ਦੀਪ ਸਿੰਘ, ਵਾਈਲਡ ਲਾਈਫ ਫੋਟੋਗ੍ਰਾਫੀ। ਇਹ ਸਰਚ ਕਰਕੇ ਇਹਦੀਆਂ ਤੁਸੀਂ ਹੋਰ ਫੋਟੋਆਂ ਵੀ ਦੇਖ ਸਕਦੇ ਆ ਯਾਰ। ਇਦਾਂ ਦੇ ਲੋਕਾਂ ਨੂੰ ਗਾਂਹ ਅੱਗੇ ਪ੍ਰਮੋਟ ਕਰਿਆ ਕਰੋ, ਤਾਂ ਜੋ ਹੋਰ ਵੀ ਮਤਲਬ ਕਿਸੇ ਨੂੰ ਹੋਵੇ ਵੀ ਬਾਈ ਹਾਂ ਇਹਨੇ ਵਧੀਆ ਕੰਮ ਕੀਤਾ, ਆਪਾਂ ਵੀ ਇਦਾਂ ਦਾ ਕਰੀਏ, ਹੈ ਨਾ? ਤੇ ਆਪਣੇ ਤਾਂ ਬਸ ਹੁਣ ਫੇਰ ਮਤਲਬ ਫੇਰ ਆਪਣੇ ਜਿਹੜੇ ਆਪਣੇ ਮਤਲਬ ਨਾ ਆਪਣੇ ਪੰਜਾਬੀ ਨਿਆਣੇ ਜੰਮਦੇ, ਉਹ ਵੀ ਕਿਉਂ ਸਿੰਗਰ ਬਣਨਾ ਚਾਹੁੰਦਾ ਹਰ ਕੋਈ, ਕਿਉਂਕਿ 24 ਘੰਟੇ ਤਾਂ ਬਸ ਅਗਲੇ ਵੀ ਦੇਖਦੇ ਸਿੰਗਰ 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 ਸਿੰਗਰ, ਹੋਰ ਬਣ ਵੀ ਕੀ ਅਗਲੇ ਕਿ ਨਹੀਂ। ਚਲੋ ਅੱਗੇ ਆਉਂਦੇ ਹਾਂ, ਅਤੇ ਆਹ ਵੀਡੀਓ ਯਾਰ ਸ਼ੇਅਰ ਕਰਿਓ, ਮੁੰਡੇ ਨੂੰ ਪਹਿਲਾ ਇਨਾਮ ਮਿਲਿਆ ਸੰਸਾਰ ਪੱਧਰ 'ਤੇ, ਮਤਲਬ ਨਾ ਟਾਈਮ ਹੋ ਗਿਆ ਇਸੀ ਖਬਰ ਨੂੰ, ਮੈਂ ਕਿਹਾ ਸ਼ੇਅਰ ਕਰ ਦਈਏ ਤੁਹਾਡੇ ਨਾਲ। ਅਤੇ ਅਗਲੀ ਆ ਜੀ, ਇਹ ਹੈਗੀ ਜੀ ਸ਼ੰਘਾਈ, ਚਾਈਨਾ। ਚਾਈਨਾ ਵਾਲੇ ਪਤੰਦਰਾਂ ਨੇ 33,000 ਟਨ ਦਾ ਬੱਸ ਅੱਡਾ ਹੀ ਮੂਵ ਕਰਤਾ, ਉਹ ਮੈਂ ਵੀਡੀਓ ਕਰੂੰਗਾ ਅਗਲੀ, ਆ ਦਿਖਾ ਦਵਾਂ ਜੀ। ਚਾਈਨਾ 'ਚ, ਸ਼ੰਘਾਈ 'ਚ ਇੱਕ ਬਿਲਡਿੰਗ ਰਾਤੋ ਰਾਤ ਆਪ ਹੀ ਡਿੱਪ ਪਈ ਸੀਗੀ, ਦੇਖ ਲਓ। ਚੀਨ ਵਾਲਿਆਂ ਦਾ ਉੱਦਾਂ ਤਵਾਰ ਨਹੀਂ ਕਰਨਾ ਚਾਹੀਦਾ ਕਦੀ, ਪਰ ਕੰਮ ਕਈ ਇੱਦਾਂ ਦੇ ਕਰਨ ਡਏ ਆ ਜਿਹੜੇ ਵੀ ਬੰਦੇ ਨੂੰ ਯਕੀਨ ਵੀ ਨਹੀਂ ਹੋ ਸਕਦਾ, ਉਹ ਵੀ ਦਿਖਾਵਾਂਗੇ। ਆ ਚੀਨ ਵਾਲਿਆਂ ਦੀ ਬਿਲਡਿੰਗ ਰਾਤੋ ਰਾਤ ਜਿੱਦਾਂ ਉਹ ਬਿਲਡਿੰਗਾਂ ਖੜੀਆਂ, ਆ ਦੇਖ ਸਕਦੇ ਆ। ਇੱਕ ਤਾਂ ਹੁੰਦੇ ਬਿਲਡਿੰਗ ਆਪ ਸਿੱਟਦੇ, ਇਹ ਆਪ ਨਹੀਂ ਸੀ ਸੁੱਟੀ ਗਈ, ਨਵੀਂ ਬਣਾਈ ਗਈ ਬਿਲਡਿੰਗ ਥੋੜ੍ਹੇ ਦਿਨਾਂ ਬਾਅਦ ਆ ਪਈ। ਚਲੋ ਜੀ ਆ ਦੇਖੋ। ਅਤੇ ਅੱਗੇ ਆ ਜੀ, ਇਹ ਬੰਦਾ ਹੈਗਾ, ਇਹਦਾ ਨਾਂ ਹੈਗਾ ਜੈਕਬ ਮਿਲਰ। ਇਹ ਕੋਈ ਬਿੰਦੀ ਨਹੀਂ ਲਾਈ ਫਿਰਦਾ ਮੱਥੇ 'ਤੇ, ਇਹਦੇ ਵੱਜੀ ਸੀ ਗੋਲੀ, JACOBMILLER। ਜੈਕਬ ਮਿਲਰ, ਅਤੇ ਸਿਵਲ ਵਾਰ, ਸਿਵਲ ਵਾਰ, ਸਿਵਲ ਵਾਰ ਹਰੇਕ ਦੇਸ਼ਾਂ 'ਚ ਹੋਈਆਂ, ਇਹਦੇ ਦੇਸ਼ 'ਚ ਵੀ ਚੱਲਦੀ ਸੀ, ਅਤੇ ਇਹਦੇ ਗੋਲੀ ਲੱਗੀ ਸੀ। 31 ਸਾਲ ਤੱਕ ਜਿੰਦਾ ਰਿਹਾ ਸੀ ਗੋਲੀ ਲੱਗਣ ਤੋਂ ਬਾਅਦ ਵੀ, ਆ ਦੇਖ ਸਕਦੇ ਹਾਂ। ਕਹਿੰਦੇ ਆ ਮੱਥਾ ਮੇਰੇ ਨਾਲ ਲਾਏਗੀ ਅਤੇ ਪਰ ਬਿੰਦੀ ਕਿੱਥੇ ਲਾਏਗੀ, ਇਹ ਬਿੰਦੀ ਨਹੀਂ ਲਾਈ ਬੈਠਾ, ਗੋਲੀ ਲੱਗੀ ਸੀ ਅਤੇ ਮਰਿਆ ਨਹੀਂ, 31 ਸਾਲ ਤੱਕ ਜਿੰਦਾ ਰਿਹਾ ਸੀ ਗੋਲੀ ਲੱਗਣ ਤੋਂ ਬਾਅਦ ਵੀ ਮੱਥੇ 'ਤੇ, ਦੇਖ ਸਕਦੇ ਹਾਂ ਤੁਸੀਂ। ਅਗਲੇ ਦੀ ਲਿਖੀ ਉਹ ਹੋਊਗੀ, ਕੀ ਕਹਿ ਸਕਦੇ ਹਾਂ, ਜੈਕਬ ਮਿਲਰ ਇਹਦਾ ਨਾਂ ਸੀ, ਬੱਲੇ ਬਾਈ। ਅਤੇ ਚਲੋ ਅੱਗੇ ਆਇਆ ਜੀ ਹੋਟਲ। ਤੁਸੀਂ ਕਹਿਣਾ ਹੋਟਲ ਆ, ਫਿਰ ਆਪਾਂ ਕੀ ਕਰੀਏ, ਹੈ ਨਾ? ਹੋਟਲ ਤਾਂ ਹਰੇਕ ਦੇਸ਼ 'ਚ ਹੁੰਦੇ ਆ, ਪਰ ਇਹ ਕੋਈ ਆਮ ਹੋਟਲ ਨਹੀਂ। ਇਹ ਜੀ ਸਮੁੰਦਰ ਦੇ ਕੰਢੇ ਹਿਟਲਰ ਨੇ ਆਪਣੇ ਆਪ ਫੌਜੀਆਂ ਲਈ ਬਣਾਇਆ ਸੀ, ਤੇ ਇਹਦਾ ਨਾਂ ਰੱਖਿਆ ਸੀ PROR ਪਰੋਰਾ। ਤੇ ਇਹਦੇ ਬਾਰੇ ਪ੍ਰੋਪਰ ਵੀਡੀਓ ਕਰੂੰਗਾ, ਇਹਦਾ ਬਣਿਆ ਕੀ ਇਹ ਹੋਟਲ, ਹਿਟਲਰ ਦੇ ਜਾਣ ਤੋਂ ਬਾਅਦ ਕਿੱਥੇ ਹਿਟਲਰ ਨੇ ਕਿੱਥੇ ਬਣਾਇਆ ਸੀ, ਕਿੰਨਾ ਇਹਦਾ ਘੇਰਾ ਸੀ, ਕਿੰਨੀਆਂ ਵਿੱਚ ਕਮਰੇ ਸੀ, ਜੋ ਵੀ ਹੈ ਨਾ। ਤੇ ਹਿਟਲਰ ਨੇ ਆਪਣੇ ਆਰਮੀ ਲਈ ਸਮੁੰਦਰ ਦੇ ਕੰਢੇ ਹੋਟਲ ਬਣਾਇਆ ਸੀ, ਤੇ ਉਹਦਾ ਹੁਣ ਕੀ ਹਾਲ ਆ, ਕਿਹੜੀ ਹਾਲਤ 'ਚ ਆ, ਇਹਦੇ ਬਾਰੇ ਪ੍ਰੋਪਰ ਵੀਡੀਓ ਕਰੂੰਗਾ, ਥੋੜ੍ਹਾ ਜਿਹਾ ਮੈਂ ਤੁਹਾਨੂੰ ਦਿਖਾ ਦਵਾਂ। ਹਿਟਲਰ ਨੇ ਆਪਣੀ ਆਰਮੀ ਲਈ ਹੋਟਲ ਬਣਾਇਆ ਸੀ, ਬਹੁਤ ਵੱਡਾ। ਤੇ ਕਰ ਦਿਓ ਜੀ ਸ਼ੇਅਰ ਵੀਡੀਓ ਅਰਸ਼ਦੀਪ ਸਿੰਘ ਨੂੰ, ਸਾਡੇ ਵੱਲੋਂ ਵੀ ਮੁਬਾਰਕਾਂ, ਮਤਲਬ ਨਾ ਵੀ ਇੱਦਾਂ ਦੇ ਯਾਰ, ਇੱਦਾਂ ਦੀਆਂ ਵੀਡੀਓ ਸ਼ੇਅਰ ਕਰਿਆ ਕਰੋ ਜਿਹੜੇ ਕੁਛ ਕਰਦੇ ਆ ਚੰਗੇ ਕੰਮ, ਨਹੀਂ ਫੇਰ ਤੁਹਾਨੂੰ ਪਤਾ ਹੀ ਆ ਤੁਹਾਡੀ। ਮੈਂ ਵੀ ਮਤ ਦੇਖਿਆ ਉਹ ਕੀ ਕਹਿੰਦੇ ਹੁੰਦੇ ਸਾਹਮਣੇ ਆਪਣੇ ਖਬਰ ਹਰੇਕ ਚੈਨਲ ਦੀ, ਹਰੇਕ ਪੇਜ ਦੀ, ਉਹੀ ਸਿੰਗਰ 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 ਸਿੰਗਰ।
ਮੈਂ ਤਾਂ ਇੱਕ ਦਿਨ ਦੇਖ ਲਓ ਮੇਰਾ ਸਿਰ ਦੁਖਣ ਲੱਗ ਪੈਂਦਾ। ਤੁਸੀਂ ਧੰਨਦੇ ਆ ਬਾਈ, ਤੁਸੀਂ ਦੇਖਦੇ ਇੱਦਾਂ ਦੀਆਂ ਖਬਰਾਂ। ਸਲੂਟ ਆ, ਅਤੇ ਕਰ ਦਿਓ ਜੀ ਸ਼ੇਅਰ ਅਰਸ਼ਦੀਪ ਸਿੰਘ ਨੂੰ। ਵਧਾਈਆਂ, ਅਦਿਓਸ।